ਅਸੀਂ ਪਹਿਲਾਂ ਲੇਟ ਖੋਲਦੇ ਸੀ 12 ਵਜੇ, ਉਦੋਂ ਤੱਕ ਮੈਚ ਖਤਮ ਹੋ ਜਾਂਦੇ ਸੀਗੇ। ਹੁਣ ਅਸੀਂ ਬ੍ਰੈਕਫਾਸਟ ਸ਼ੁਰੂ ਕੀਤਾ, ਅੱਜ ਸ਼ੁਰੂ ਕੀਤਾ ਆ, ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬ੍ਰੈਕਫਾਸਟ ਹੈ, ਅਤੇ ਉਹੀ ਟਾਈਮ ਹੈਗਾ ਆਪਣੇ ਕ੍ਰਿਕਟ ਦਾ। ਤੋ ਮੈਂ ਕਿਹਾ ਲੈਟ ਅਸੀਂ ਬੜੀ ਸਕਰੀਨ 'ਤੇ ਲੋਕ ਲਾਈਕ ਕਰਨਗੇ। ICC T20 ਕ੍ਰਿਕਟ ਵਰਲਡ ਕੱਪ ਦੇ ਵਿੱਚ ਕੱਲ੍ਹ ਕੈਨੇਡਾ ਆਪਣਾ ਆਖਰੀ ਲੀਗ ਮੈਚ ਭਾਰਤ ਨਾਲ ਖੇਡਣ ਜਾ ਰਿਹਾ ਹੈ। ਹਾਲਾਂਕਿ ਕੈਨੇਡਾ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਚੁੱਕਿਆ ਹੈ, ਪਰ ਦਰਸ਼ਕਾਂ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡੇ ਪੱਧਰ 'ਤੇ ਉਤਸ਼ਾਹ ਹੈ। ਮਿਸਿਸਾਗਾ ਦੇ ਵਿੱਚ ਆਪਣਾ ਰੈਸਟੋਰੈਂਟ ਚਲਾਉਂਦੇ ਟੌਮੀ ਵਾਲੀਆ ਦਾ ਕਹਿਣਾ ਹੈ ਕਿ ਇਸ ਮੈਚ ਨੂੰ ਦੇਖਣ ਦੇ ਲਈ ਇੰਨੀ ਜ਼ਿਆਦਾ ਮੰਗ ਹੈ ਕਿ ਉਹਨਾਂ ਨੂੰ ਆਪਣਾ ਰੈਸਟੋਰੈਂਟ ਸਵੇਰੇ ਕੁਝ ਘੰਟੇ ਪਹਿਲਾਂ ਖੋਲ੍ਹਣਾ ਪੈ ਰਿਹਾ ਹੈ। ਕੱਲ੍ਹ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਛੁੱਟੀ ਵਾਲਾ ਦਿਨ ਹੋਣ ਕਾਰਨ ਇਸ ਮੈਚ ਨੂੰ ਦੇਖਣ ਦੇ ਲਈ ਕ੍ਰਿਕਟ ਦੇ ਫੈਨਸ ਤਤਪਰ ਹਨ। ਮਿਸਿਸਾਗਾ ਵਿੱਚ ਤਕਰੀਬਨ 20 ਸਾਲਾਂ ਤੋਂ ਆਪਣਾ ਇੰਡੀਅਨ ਖਾਣਿਆਂ ਦਾ ਰੈਸਟੋਰੈਂਟ ਚਲਾਉਂਦੇ ਟੌਮੀ ਵਾਲੀਆ ਦੱਸਦੇ ਹਨ ਕਿ ਉਹਨਾਂ ਦੇ ਕਸਟਮਰਸ ਵਿੱਚ ਵੱਡੀ ਗਿਣਤੀ ਕ੍ਰਿਕਟ ਫੈਨਸ ਦੀ ਹੈ, ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਕੱਲ੍ਹ ਦੇ ਮੈਚ ਦੇ ਲਈ ਆਪਣੇ ਰੈਸਟੋਰੈਂਟ ਵਿੱਚ ਵੱਡੇ ਪਰਦੇ 'ਤੇ ਇਸ ਮੈਚ ਨੂੰ ਦਿਖਾਉਣ ਦਾ ਪ੍ਰਬੰਧ ਕੀਤਾ ਹੈ। ਮੇਰੇ ਕੋਲ ਕਸਟਮਰ ਵੀ ਇੰਡੀਅਨ ਹੈਗੇ, ਪਾਕਿਸਤਾਨੀ ਹੈਗੇ, ਗੁਜਰਾਤੀ ਹੈਗੇ ਆ, ਸਾਰੇ ਬਹੁਤ ਲਾਈਕ ਕਰਦੇ ਕ੍ਰਿਕਟ ਮੈਚ ਵਾਚ ਕਰਨ। ਸਾਡੇ ਇੱਥੇ 4-5-6 TV ਹੈਗੇ ਜੀ, ਅਸੀਂ ਮਤਲਬ ਕਿਤੇ ਮੈਚ ਚੱਲ ਰਿਹਾ, ਕਿਤੇ ਕੋਈ ਦੂਜੀ ਗੇਮ ਚੱਲ ਰਹੀ ਹੈ, ਗੇਮਾਂ ਜ਼ਿਆਦਾ ਚੱਲਦੀਆਂ ਸਾਡੇ ਇੱਥੇ, ਪਰ ਕ੍ਰਿਕਟ ਨੂੰ ਲੋਕ ਬਹੁਤ ਜ਼ਿਆਦਾ ਲਾਈਕ ਕਰਦੇ ਅੱਜ ਕੱਲ੍ਹ। ਕੈਨੇਡਾ ਦੀ ਟੀਮ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਸਾਊਥ ਏਸ਼ੀਆਈ ਮੂਲ ਦੇ ਖਿਡਾਰੀ ਹਨ, ਜੋ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਪ੍ਰਵਾਸ ਕਰਕੇ ਕੈਨੇਡਾ ਆਏ ਹਨ। ਇਸ ਮੈਚ ਨੂੰ ਦੇਖਣ ਵਾਲੇ ਦਰਸ਼ਕ ਵੀ ਬਹੁਤ ਗਿਣਤੀ ਵਿੱਚ ਪ੍ਰਵਾਸੀ ਹਨ। ਅੱਜ ਜਦੋਂ ਅਸੀਂ ਕ੍ਰਿਕਟ ਦੇ ਫੈਨਸ ਨੂੰ ਪੁੱਛਿਆ ਕਿ ਕੱਲ੍ਹ ਉਹ ਕਿਸ ਟੀਮ ਨੂੰ ਜਿੱਤਦੇ ਦੇਖਣਾ ਚਾਹੁੰਦੇ ਹਨ, ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਦਿਲ ਹਲੇ ਵੀ ਆਪਣੇ ਮੂਲ ਵਤਨ ਲਈ ਹੀ ਧੜਕਦਾ ਹੈ। ਹਾਂ, ਮਨ ਤਾਂ ਹੈ ਇੰਡੀਆ ਬੈਟਿੰਗ ਦੇਖਣੇ ਕਾ, ਫਿਰ ਦੇਖਣਾ ਹੋਗਾ ਕਿ ਇੰਡੀਆ ਬੋਲਿੰਗ ਕੈਸੇ ਕਰੇਗਾ। ਜਸਪ੍ਰੀਤ ਬੁਮਰਾਹ ਮੇਰਾ ਫੇਵਰੇਟ ਬੋਲਰ ਹੈ, ਤੋ ਆਈ ਜਸਟ ਵਾਂਟਡ ਟੂ ਸੀ ਹਿਮ ਬੋਲ। ਜੈਸੇ ਇੰਡੀਆ ਔਰ ਕੈਨੇਡਾ ਕਾ ਮੈਚ ਹੈ, ਹਮ ਸਭ ਇੰਡੀਆ ਸੇ ਆਤੇ ਹੈ, ਲੇਕਿਨ ਹਮ ਬੈਠੇ ਕੈਨੇਡਾ ਮੇਂ ਹੈ, ਤੋ ਕਿਸ ਕੋ ਸਪੋਰਟ ਕਰੋਗੇ ਫਿਰ? Obviously, I want to support India because I'm not a citizen in Canada, but fair up. But anyway, I can support good cricket, so if Canada plays good cricket, I can support Canada as well. Definitely, Canada move hoye ga, so it's a tough ki kinu support kariye, but definitely I'm going to support India, so yeah, I'm definitely going to watch this match. ਪਰ ਇਹਨਾਂ ਕ੍ਰਿਕਟ ਫੈਨਸ ਦਾ ਕਹਿਣਾ ਸੀ ਕਿ ਇਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਦੇ ਹੋਰ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਦੇ ਨਾਲ ਨਾਲ ਕ੍ਰਿਕਟ ਵੀ ਕੈਨੇਡਾ ਵਿੱਚ ਮੁੱਖ ਧਾਰਾ ਵਿੱਚ ਸ਼ਾਮਿਲ ਹੁੰਦਾ ਜਾ ਰਿਹਾ ਹੈ। ਪਹਿਲੇ ਮੇਰੇ ਹਿਸਾਬ ਸੇ ਗਰਾਊਂਡਸ ਕਾ ਫੈਸਿਲਿਟੀਜ਼ ਕੁਛ ਨਹੀਂ ਹੋਤੇ ਥੇ, ਅਭੀ ਬ੍ਰੈਂਪਟਨ ਮੇਂ ਬਹੁਤ ਜ਼ਿਆਦਾ ਕ੍ਰਿਕਟ ਡਿਵੈਲਪ ਹੋਇਆ ਹੈ, ਇਸ ਲਈ ਪਲੇਅਰਸ ਬਾਹਰ ਆ ਰਹੇ ਹੈ, ਔਰ ਕੈਨੇਡਾ ਕਾ ਲੀਗ ਵੀ ਚੱਲ ਰਿਹਾ ਹੈ ਗਲੋਬਲ T20, ਸੋ ਆਈ ਥਿੰਕ ਇਟਸ ਗੁੱਡ ਫਾਰ ਦ ਗੇਮ। ਸੋ ਜਿਤਨਾ ਡਾਈਵਰਸ ਹੋ ਸਕਦਾ ਗੇਮ, ਇਤਨਾ ਬੜੀਆ ਹੋਗਾ ਕ੍ਰਿਕਟ, ਤੋ ਆਈ ਥਿੰਕ ਇਟਸ going to be a good challenge in the future ahead. Team develop ho rahi hai, like bahut sari facilities provide kiti ja rahi hai ne players nu, so haje tak unni team strong nahi hai, but definitely in future team strong hoegi. Yeah, we are also supporting Canada, so let's see in future what happen. ਹਾਲਾਂਕਿ ਕੱਲ੍ਹ ਦੇ ਮੈਚ ਤੋਂ ਬਾਅਦ ਕੈਨੇਡਾ ਦਾ ਇਸ ਕ੍ਰਿਕਟ ਵਰਲਡ ਕੱਪ ਵਿੱਚ ਸਫ਼ਰ ਖਤਮ ਹੋ ਜਾਵੇਗਾ, ਪਰ ਕ੍ਰਿਕਟ ਕੈਨੇਡਾ ਵਿੱਚ ਆਪਣੀ ਨਵੀਂ ਪਨੀਰੀ ਤਿਆਰ ਕਰਨ ਵਿੱਚ ਕਾਮਯਾਬ ਹੁੰਦਾ ਜਾ ਰਿਹਾ ਹੈ। ਜਸਪ੍ਰੀਤ ਪੰਦੇਰ, ਓਮਨੀ ਨਿਊਜ਼, ਮਿਸਿਸਾਗਾ।